ਅੱਜ ਲੁਧਿਆਣਾ ਸਥਿਤ ਨਜ਼ਦੀਕ ਅਰੋੜਾ ਪੈਲਸ ਦਾਣਾ ਮੰਡੀ ਵਿਖੇ ਜੋਮੈਟੋ ਕੰਪਨੀ ਦੇ ਵਰਕਰਾਂ ਵੱਲੋਂ ਜੋਮੈਟੋ ਕੰਪਨੀ ਦੇ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਵਰਕਰਾਂ ਦਾ ਕਹਿਣਾ ਹੈ ਕਿ ਕੰਪਨੀ ਨੇ ਸ਼ੁਰੂਆਤ ਵਿੱਚ ਫੀਲਡ 'ਚ ਘੁੰਮਣ ਵਾਲੇ ਵਰਕਰਾਂ ਦਾ ਜੋ ਰੇਟ ਦੇਣਾ ਤੈਅ ਕੀਤਾ ਸੀ ਉਸਨੂੰ ਇੱਕ ਸਾਲ ਦੇ ਵਿੱਚ ਹੌਲੀ ਹੌਲੀ ਘਟਾ ਕੇ 60 ਰੁਪਏ ਗੇੜੇ ਤੋਂ ਅੱਜ 25 ਰੁਪਏ ਕਰ ਦਿੱਤਾ ਗਿਆ ਹੈ, ਜਦਕਿ ਕੰਪਨੀ ਖੁਦ ਇੰਨਾ ਪੈਸਾ ਕਮਾ ਰਹੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਵਰਕਰਾਂ ਨੇ ਕਿਹਾ ਕਿ ਜੇਕਰ ਕੰਪਨੀ ਵੱਲੋਂ ਗੇੜੇ ਦਾ ਮੁੱਲ ਨਾ ਵਧਾਇਆ ਗਿਆ ਤਾਂ ਇਹ ਸੰਘਰਸ਼ ਜਾਰੀ ਰਹੇਗਾ। ਜਦੋਂ ਇਹ ਕੰਪਨੀ ਤਕਰੀਬਨ 1 ਸਾਲ ਹੋ ਗਿਆ ਆਪਣੇ ਲੁਧਿਆਣੇ ਵਿੱਚ ਜੋਮੈਟੋ ਨੂੰ ਸਟਾਰਟ ਹੋਈ ਨੂੰ, ਜਦੋਂ ਸਟਾਰਟ ਹੋਈ ਸੀ ਮੁੰਡੇ ਦਾ ਗੇੜਾ 60 ਰੁਪਏ ਸੀਗਾ ਜੀ, ਉਸ ਤੋਂ ਬਾਅਦ 40 ਕਰਤਾ, 30 ਕਰਤਾ, ਹੁਣ 25 ਰੁਪਏ ਕਰਤਾ, ਔਰ ਨਾ ਸਾਨੂੰ ਜੁਆਇਨਿੰਗ ਬੋਨਸ ਵੀ ਮਿਲਦਾ ਸੀ 1500 ਰੁਪਇਆ, ਕੋਈ ਨਵਾਂ ਬੰਦਾ ਲਵਾਉਂਦੇ ਉਹਦਾ ਵੀ ਸਾਨੂੰ ਬੋਨਸ ਮਿਲਦਾ ਸੀ ਅਲੱਗ ਤੋਂ। ਜਦੋਂ ਹੁਣ ਕੰਪਨੀ ਆਪਣਾ ਸਟੈਂਡ ਕਰ ਲਿਆ ਹੈਗਾ ਵਾ ਪੈਰ 'ਤੇ ਮਾਰ ਲੈਂਦੇ ਤਾਂ ਸਾਡਾ ਜਿੰਨੇ ਵੀ ਗਰੀਬ ਵਰਗ ਵਾਲੇ ਮੁੰਡੇ ਹੈਗੇ ਨੇ ਲੇਬਰ ਕੋਟੇ ਦੇ ਇੰਨਾ ਸ਼ੋਸ਼ਣ ਕੀਤਾ ਜਾ ਰਿਹਾ, ਹਰ 2-4 ਮਹੀਨੇ ਬਾਅਦ 3-4 ਦਿਨ ਰੇਟ ਘਟਾ ਦਿੰਦੇ ਨੇ। ਕੀ ਗਾ ਜਿਹੜੇ ਏਸੀ ਵਿੱਚ ਬੈਠੇ ਇੰਨਾ ਰੇਟ ਨਹੀਂ ਕਰਦੇ, ਉਹਨਾਂ ਦੀ ਸੈਲਰੀ ਕਿਉਂ ਨਹੀਂ ਘੱਟਦੀ ਕੰਪਨੀਆਂ ਦੇ ਵਿੱਚ? ਇਹ ਗਰੀਬ ਦੇ ਧਿਰ 'ਤੇ ਲਾਤੀ ਕਿਉਂ ਮਾਰਦੇ ਨੇ ਹਮੇਸ਼ਾ? ਇਨਸ਼ੋਰੈਂਸ ਦੇ ਨਾਮ 'ਤੇ ਕੁਛ ਨਹੀਂ ਹੈਗਾ ਸਾਡੇ ਕੋਲ, ਠੀਕ ਹੈ ਜੀ। ਕੋਈ ਲੱਟ ਰਾਤ ਨੂੰ ਲੁੱਟ ਕੇ ਹੋ ਜਾਵੇ, ਰਾਤ ਨੂੰ 12-1 ਵਜੇ ਤੱਕ ਡਿਲੀਵਰੀਆਂ ਕਰਦੇ ਹੈਗੇ ਅਸੀਂ, ਕੋਈ ਸਾਡੀ ਸੇਫਟੀ ਨਹੀਂ ਹੈਗੀ। TL ਨੂੰ ਫੋਨ ਕਰਦੇ ਹਾਂ, ਕਾਲ ਸੈਂਟਰ 'ਤੇ ਫੋਨ ਕਰਦੇ ਹਾਂ, ਸਾਨੂੰ ਕੋਈ ਜਵਾਬ ਨਹੀਂ ਆਉਂਦਾ ਹੈਗਾ। ਦਿੱਲੀ ਬੈਠੇ ਮਤਲਬ ਲੁਧਿਆਣੇ ਬੈਠੇ ਹੋਵੇ, ਤੁਹਾਨੂੰ ਕੀ ਪਤਾ ਕਿ ਜੋ ਲੋਕੇਸ਼ਨ ਹੈਗੀ 2 ਕਿਲੋਮੀਟਰ 'ਤੇ ਜਾਂ 4 ਕਿਲੋਮੀਟਰ 'ਤੇ, ਕਹੇ ਤੁਹਾਨੂੰ ਜਾਣਾ ਪੈਣਾ ਜੀ 8 ਕਿਲੋਮੀਟਰ ਤਾਂ ਕਹਿਣਗੇ 10 ਕਿਲੋਮੀਟਰ ਜਾਣਾ ਪਊਗਾ ਜੀ, 10 ਕਿਲੋਮੀਟਰ ਅਸੀਂ ਕਹਿੰਦੇ ਹਾਂ 2 ਕਿਲੋਮੀਟਰ ਹੋਰ ਵਧਾ ਦਿੰਦੇ ਆਪਣੇ ਕੋਲ, 12 ਕਰ ਦਿੰਦੇ, ਠੀਕ ਹੈ ਜੀ। ਅੱਗੇ ਸਾਡੀ ਸਟ੍ਰਾਈਕ ਆ, ਸਾਨੂੰ ਇਹਨਾਂ ਕੋਈ ਇਹਨਾਂ ਨੇ ਸਲਾਹ ਨਹੀਂ ਕੀਤੀ ਹੈ ਕਿ ਜੀ ਆਉਂਦੇ ਆ ਕੰਪਨੀ ਨੂੰ ਆਪਸ 'ਚ, ਚਲੋ ਲੋਸ ਮੁਨਾਫਾ ਚੱਲਦਾ ਰਹਿੰਦਾ। ਮੰਗ ਕੀ ਹੈ ਤੁਹਾਡੀ? ਮੰਗ ਭਾਜੀ ਇੱਕੋ ਹੀ ਆ ਕਿ ਸਾਡਾ ਜਿਹੜਾ 40 ਰੁਪਏ ਕੀਤਾ ਜਾਵੇ, ਔਰ ਜਿਹੜਾ ਸਾਡੇ ਇਨਸੈਂਟਿਵ ਬੋਲਦਾ ਸਾਨੂੰ ਮਿਲਣਾ ਚਾਹੀਦਾ ਰੈਗੂਲਰ। ਅਗਰ 40 ਨਹੀਂ ਕਰ ਸਕਦੇ ਜੋ ਸਾਡਾ ਰੇਟ ਚੱਲ ਰਿਹਾ, ਪਰ ਸਾਡਾ ਉਹੀ ਕਿੰਨਾ ਰੇਟ ਚੱਲ ਰਿਹਾ, 30 ਰੁਪਏ ਗੇੜਾ ਚੱਲਦਾ, ਕਈ 10 ਰੁਪਏ ਰੇਟਿੰਗ ਚੱਲਦੀ ਪਈ ਹੈ, ਠੀਕ ਹੈ। ਪਲੱਸ ਸਾਡਾ ਇਨਸੈਂਟਿਵ ਜੇ ਇਹ ਨਹੀਂ ਕਰਦੇ ਤਾਂ ਫਿਰ ਤੁਸੀਂ ਕੀ ਸੋਚਦੇ? ਸਾਡੀ ਸਟ੍ਰਾਈਕ ਦੂਜੇ ਦਿਨ 'ਚ ਲਗਾਤਾਰ ਰਾਖਲ ਹੋ ਚੁੱਕੀ ਹੈ, ਦੈਨ ਅਗਲੀ ਵਾਰ ਅਗਰ ਨਹੀਂ ਮੰਨਦੇ ਹੈਗੇ, ਅਸਲੀ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਹੋਈ ਹੈ, ਅਗਰ ਪ੍ਰਸ਼ਾਸਨ ਦੇ ਵਿੱਚ ਬਹਿ ਕੇ ਸਾਡਾ ਕੋਈ ਹੱਲ ਕਰਦਾ, ਠੀਕ ਹੈ, ਨਹੀਂ ਤਾਂ ਅਸੀਂ ਲੀਗਲ ਕਾਰਵਾਈ ਕਰਾਂਗੇ। ਹੋ ਸਕਦਾ ਜੇ ਸਾਨੂੰ ਇਹ ਸੰਘਰਸ਼ ਜਿੰਨੀ ਦੂਰ ਤੱਕ ਜਾਊਗਾ ਚੱਲੇਗਾ, ਅਗਰ ਸਾਨੂੰ ਭੁੱਖ ਹੜਤਾਲ ਵੀ ਕਰਨੀ ਪਈ ਅਸੀਂ ਉਹ ਵੀ ਕਰਾਂਗੇ। ਪਰਮਜੀਤ ਲੋਂਗੀਆ ਦੇ ਨਾਲ ਬਿਊਰੋ ਰਿਪੋਰਟ, KDT ਨਿਊਜ਼, ਲੁਧਿਆਣਾ।